नमस्कार सांझ टीवी टॉप 10 देख रहे सारे दर्शकों का स्वागत है। मैं सुनैना लेके हाजिर हाँ अज दियाँ टॉप 10 खबर। जलंधर के चीमा नगर च 5 साल बच्ची ने अगवा करने का मामला सामने आया। इस संबंधी जानकारी देते हुए बच्ची की माँ अलीशा ने दसिया कि बीती शाम उसकी बच्ची बच्चों नाल गली विच खेड रही थी, तो उस समय किसी अणजाण व्यक्ति वालों पिछे तो आ के बच्ची का मुँह बंद करके उसनों अगवा करने की कोशिश की गई, जिसके चलद बच्ची ने डर कारण उसनों कुछ भी नहीं दसिया, सगो नज़दीकी के लोगों ने उन्होंने इस घटना संबंधी जानकारी दी। फिलहाल पुलिस वालों मौके पर पहुँच के मामले की जाँच की जा रही है। ਮੋਗਾ ਵਿਖੇ ਫਰਜ਼ੀ ਏਜੰਟ ਨੇ ਨੌਜਵਾਨਾਂ ਦੇ ਸੁਪਨਿਆਂ ਨੂੰ ਚੱਕਣਾ ਚੂਰ ਕਰ ਦਿੱਤਾ। ਖੁਦ ਨੂੰ ਰਜਿਸਟਰਡ ਟਰੈਵਲ ਏਜੰਟ ਦੱਸਣ ਵਾਲਾ ਵਿਅਕਤੀ ਕੈਨੇਡੀਅਨ ਅੰਬੈਸੀ ਵਿੱਚ ਜਾਂਚ ਦੌਰਾਨ ਠੱਗ ਨਿਕਲਿਆ, ਜਿਸ ਦਾ ਖਾਮਿਆਜ਼ਾ 198 ਪੰਜਾਬੀ ਨੌਜਵਾਨਾਂ ਨੂੰ ਭੁਗਤਣਾ ਪਿਆ, ਜੋ ਕਿ 5 ਸਾਲ ਤੱਕ ਕੈਨੇਡੀਅਨ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ। ਇਸ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਆਪਣੀ ਕਿਸਮਤ ਨੂੰ ਕੋਸਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਣਗੇ। ਦੂਜੇ ਪਾਸੇ ਪੀੜਤ ਨੌਜਵਾਨਾਂ ਨੇ ਫਰਜ਼ੀ ਏਜੰਟ ਖਿਲਾਫ਼ ਕਾਰਵਾਈ ਕਰਨ ਦੀ ਡਿਪਟੀ ਕਮਿਸ਼ਨਰ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਫਗਵਾੜਾ ਦੇ ਅੱਜ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿੱਥੇ ਅਨੀਤਾ ਸੋਮ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਨੇ ਪੀਂਘ ਝੂਟੀ ਅਤੇ ਕੱਤਾ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਕੱਤ ਕੇ ਪੰਜਾਬੀ ਸੱਭਿਆਚਾਰ ਦਾ ਖੂਬ ਆਨੰਦ ਮਾਣਿਆ, ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਤਰਨ ਤਾਰਨ ਤੋਂ ਇੱਕ ਕਲਯੁਗੀ ਮਾਂ ਵੱਲੋਂ ਆਪਣੇ ਸਕੇ ਬੇਟੇ ਦਾ ਕਤਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਰੋਪੀ ਬਲਵੀਰ ਕੌਰ ਦੇ ਸੋਹਣ ਸਿੰਘ ਨਾਮੀ ਵਿਅਕਤੀ ਨਾਲ ਨਜਾਇਜ਼ ਸਬੰਧ ਸਨ, ਜਿਸ ਕਾਰਨ ਉਸਦਾ ਬੇਟਾ ਪ੍ਰਦੀਪ ਤੇ ਪਤੀ ਮੰਗਲ ਸਿੰਘ ਉਸਨੂੰ ਰੋਕ ਟੋਕ ਕਰਦੇ ਸਨ, ਜਿਸਦੇ ਚੱਲਦਿਆਂ ਬਲਵੀਰ ਕੌਰ ਨੇ ਆਪਣੇ ਆਸ਼ਿਕ ਨੂੰ ਦੇਰ ਰਾਤ ਆਪਣੇ ਘਰ ਬੁਲਾਇਆ ਤੇ ਸੋਹਣ ਸਿੰਘ ਨੇ ਚਾਕੂ ਨਾਲ ਉਸਦੇ ਬੇਟੇ ਤੇ ਹਮਲਾ ਕਰਕੇ ਉਸਦੀ ਜਾਨ ਲੈ ਲਈ ਅਤੇ ਇਸ ਦੌਰਾਨ ਮੰਗਲ ਸਿੰਘ ਵੀ ਜ਼ਖਮੀ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਸ਼ਹਿਰ 'ਚ ਹੋਈ ਬਾਰਿਸ਼ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਟੁੱਟ ਗਈਆਂ ਅਤੇ ਕਈ ਜਗ੍ਹਾ ਸੀਵਰੇਜ ਵੀ ਬਲੌਕ ਦੇਖਣ ਨੂੰ ਮਿਲੇ, ਪਰ ਲੁਧਿਆਣਾ ਦੇ ਵਾਰਡ ਨੰਬਰ 69 'ਚ ਬੀਤੇ ਕੁਝ ਸਾਲਾਂ ਤੋਂ ਇਲਾਕੇ ਦਾ ਵਿਕਾਸ ਨਾ ਹੋਣ ਦੇ ਚੱਲਦਿਆਂ ਦੁਖੀ ਹੋਏ ਲੋਕਾਂ ਵੱਲੋਂ ਇੱਕ ਵੱਖਰੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਲਾਕੇ ਦੇ ਵਿੱਚੋਂ ਭੀਖ ਮੰਗ ਕੇ ਇਲਾਕੇ ਕੌਂਸਲਰ ਨੂੰ ਦੇਣ ਦੀ ਗੱਲ ਕਹੀ ਤਾਂ ਜੋ ਇਲਾਕੇ ਦਾ ਵਿਕਾਸ ਹੋ ਸਕੇ। ਫਗਵਾੜਾ ਦੇ ਮੁਹੱਲਾ ਪ੍ਰੀਤਮ ਨਗਰ ਵਿਖੇ ਰਾਤ ਕਰੀਬ 1 ਵਜੇ ਐਕਟਿਵਾ ਤੇ ਘੁੰਮ ਰਹੇ ਨੌਜਵਾਨਾਂ ਦਾ ਮੁਹੱਲਾ ਵਾਸੀਆਂ ਨੇ ਫੜ ਕੇ ਕੁੱਟਾਪਾ ਚਾੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨ ਰਾਤ ਕਰੀਬ 1 ਵਜੇ ਮੁਹੱਲਾ ਪ੍ਰੀਤਮ ਨਗਰ ਪਲਾਈ ਰੋਡ ਵਿਖੇ ਘੁੰਮ ਰਹੇ ਸਨ, ਜਿਨ੍ਹਾਂ ਬਾਰੇ ਜਦੋਂ ਠੀਕਰੀ ਪਹਿਰਾ ਲਗਾਏ ਬੈਠੇ ਨੌਜਵਾਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਐਕਟਿਵਾ ਸਵਾਰ ਨੌਜਵਾਨ ਦਾ ਕੁੱਟਾਪਾ ਚਾੜ ਦਿੱਤਾ। ਮੁਹੱਲਾ ਵਾਸੀਆਂ ਨੇ ਕਿਹਾ ਹੈ ਕਿ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਮੁਹੱਲੇ ਦੇ ਨੌਜਵਾਨ ਠੀਕਰੀ ਪਹਿਰਾ ਲਗਾ ਰਹੇ ਹਨ। ਜਦੋਂ ਉਹਨਾਂ ਨੇ ਐਕਟਿਵਾ ਤੇ ਘੁੰਮ ਰਹੇ ਨੌਜਵਾਨਾਂ ਤੋਂ ਪੁੱਛਿਆ ਕਿ ਤੁਸੀਂ ਕਿਉਂ ਘੁੰਮ ਰਹੇ ਹੋ ਤਾਂ ਉਹਨਾਂ ਨੇ ਆਪਣੇ ਨਾਲ ਲਿਆਂਦੇ ਹਥਿਆਰਾਂ ਨਾਲ ਪਹਿਰਾ ਲਗਾਉਣ ਵਾਲੇ ਮੁੰਡਿਆਂ ਤੇ ਹਮਲਾ ਕਰ ਦਿੱਤਾ, ਜਿਸ ਦੇ ਬਾਅਦ ਦੋਵਾਂ ਦਿਨਾਂ ਵਿੱਚ ਹੱਥੋਪਾਈ ਹੋਏ ਤੇ ਮੌਕੇ ਤੇ ਪਹੁੰਚੀ ਪੁਲਿਸ ਮੁਲਾਜ਼ਮਾਂ ਨੇ ਮਾਮਲੇ ਨੂੰ ਸ਼ਾਂਤ ਕਰਵਾ ਕੇ ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। ਜਲੰਧਰ ਦੇ ਥਾਣਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਬੱਲਾ ਵਿਖੇ ਇੱਕ ਛੱਪੜ ਵਿੱਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਛੱਪੜ ਦੇ ਜਿਸ ਹਿੱਸੇ 'ਚ ਪਾਣੀ ਜ਼ਿਆਦਾ ਗਹਿਰਾ ਸੀ ਉਸ ਹਿੱਸੇ 'ਚ ਜਾਣ ਕਾਰਨ ਉਹਨਾਂ ਦੀਆਂ ਮੌਤਾਂ ਹੋ ਗਈਆਂ। ਆਦਮਪੁਰ ਚੌਂਕੀ ਦੇ ਇੰਚਾਰਜ ਨੇ ਕਿਹਾ ਕਿ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਾਜ਼ਿਲਕਾ ਦਾ ਸਾਬਕਾ ਸਰਪੰਚ ਫਾਜ਼ਿਲਕਾ ਜ਼ਿਲ੍ਹੇ ਦੀ ਪੁਲਿਸ ਦੀ ਸਰਦਰਦੀ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਚਰਨਜੀਤ ਚੰਨੀ ਨੇ ਫਾਜ਼ਿਲਕਾ ਥਾਣਾ ਸਦਰ ਜੇਲ੍ਹ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਅਤੇ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ। ਆਰੋਪੀ ਨੂੰ ਕੁਝ ਲੜਕੀਆਂ ਨੂੰ ਬੰਧਕ ਬਣਾ ਕੇ ਉਹਨਾਂ ਦੀ ਵੀਡੀਓ ਵਾਇਰਲ ਕਰਨ ਦੇ ਆਰੋਪ 'ਚ ਫੜਿਆ ਗਿਆ ਸੀ ਅਤੇ ਆਰੋਪੀ 'ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਦੇ SHO ਅਤੇ ASI ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਪਿੰਡ ਮਕਬੂਲਪੁਰਾ ਤੇ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਨਵੇਂ ਆਸ਼ਿਕ ਨਾਲ ਮਿਲ ਕੇ ਪੁਰਾਣੇ ਆਸ਼ਿਕ ਤੇ ਅੱਧੀ ਰਾਤ ਉਹਨਾਂ ਦੇ ਘਰ ਜਾ ਕੇ ਜਾਨਲੇਵਾ ਹਮਲਾ ਕਰਵਾ ਦਿੱਤਾ। ਇੰਨਾ ਹੀ ਨਹੀਂ, ਉਸਦੇ ਨਵੇਂ ਪ੍ਰੇਮੀ ਨੇ ਗੋਲੀਆਂ ਤੱਕ ਚਲਾਈਆਂ। ਪੀੜਤ ਨੌਜਵਾਨ ਨੇ ਕਿਹਾ ਕਿ ਆਰੋਪੀਆਂ ਵੱਲੋਂ ਉਸਦੇ ਪਰਿਵਾਰ ਵਾਲਿਆਂ ਨੂੰ ਵੀ ਡਰਾਇਆ ਧਮਕਾਇਆ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਲੜਕੀ, ਉਸਦੀ ਇੱਕ ਦੋਸਤ ਤੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 70 ਗ੍ਰਾਮ ਹੈਰੋਇਨ ਅਤੇ 2.5 ਲੱਖ ਰੁਪਇਆ ਵੀ ਬਰਾਮਦ ਹੋਇਆ। ਅਮਰੀਕਾ ਦੇ ਟੈਕਸਸ ਸ਼ਹਿਰ ਤੋਂ ਇੱਕ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਾਪਿੰਗ ਮਾਲ ਵਿੱਚ ਇੱਕ ਬੰਦੂਕਧਾਰੀ ਵੱਲੋਂ ਧੂੰਆਂਦਾਰ ਗੋਲੀਆਂ ਚਲਾਈਆਂ ਗਈਆਂ। ਇਸ ਹਾਦਸੇ ਵਿੱਚ ਲਗਭਗ 20 ਲੋਕਾਂ ਦੀ ਜਾਨ ਚਲੀ ਗਈ ਅਤੇ 26 ਦੇ ਕਰੀਬ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੇ ਨਸਲੀ ਦੁਸ਼ਮਣੀ ਕਰਕੇ ਇਸ ਸ਼ਾਪਿੰਗ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਪੁਲਿਸ ਨੇ ਬੰਦੂਕਧਾਰੀ ਨੂੰ ਹਿਰਾਸਤ 'ਚ ਲੈ ਲਿਆ ਹੈ, ਜਿਸ ਦੀ ਪਹਿਚਾਣ ਪੈਟਰਿਕ ਕਰੂਜ਼ਸ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 21 ਸਾਲ ਹੈ। ਇਹ ਸਨ ਅੱਜ ਦੀਆਂ ਸਾਂਝ ਟੀਵੀ ਟੌਪ 10 ਨਿਊਜ਼। ਕੱਲ੍ਹ ਫਿਰ ਹਾਜ਼ਰ ਹੋਵਾਂਗੀ ਟੌਪ 10 ਨਿਊਜ਼ ਲੈ ਕੇ। ਤਦ ਤੱਕ ਲਈ ਮੈਨੂੰ ਰੂਬਰੂ ਦਿਓ ਇਜਾਜ਼ਤ। ਧੰਨਵਾਦ।